میرے کو تو میری تو شادی نہیں ہوئی, بچے دوسرے میرے پراواں کو بچے بھی ہیں, میرے نال لالا مہرا نہ مسئلہ ہے تے میں تو صحیح گل نہیں ہوندی ہے. آدے تی پتر دی شادی کر دے جی تے اونوں جہیز دے وچ کی دیندے جی؟ اسے کی نہیں کم کار نہیں جی کردے, نہیں کوئی نہیں کام. السلام علیکم ناظرین, رین ٹی وی بلاگ کے ساتھ سید غوث بخاری آپ کی خدمت میں ایک مرتبہ. آپ دیکھ رہے ہیں کتنی دھوپ ہے اور اس دھوپ کے عالم میں یہ لوگ بھی کس طرح زندگی گزار رہے ہیں یا ان کی زندگی کیسے گزر رہی ہے, تو ان کی حالات زندگی کے بارے میں بھی ہم جانیں گے. یہ کیا کرتے ہیں, کیا پہنتے ہیں, کیا کھاتے ہیں, اتنی شدید گرمی میں اپنے بچوں کو بھی اسکول بھیجتے ہیں یا نہیں بھیجتے, تو آئیے ناظرین. السلام علیکم ناظرین, ہمارے ساتھ یہ خواتین موجود ہیں, آئیے ان سے بات کرتے ہیں. جی یہ دسو کہ اتنی گرمی دے وچ تسی اس طرح کس طرح ایتھے تھلے بیٹھے جی؟ اسی ویرے مجبوری نال ہی بیٹھے, ساڈے کول جگہ نہ کوئی زمین نہ کوئی شے ہے ساڈے تے, پھر اس مجبوری نال پکھے دے وچ گزارا کرنا ہی کرنا. تے کنے بچے تہاڈے؟ ہاں میرے کو تو میری تو شادی نہیں ہوئی, بچے دوسرے میرے بھراواں کول بچے بھی ہیں, سارا کچھ ہی ہے, بھی تو پھر ہن مجبوری نال تے گزارا تے کرنا ہی کرنا. تے اے تسی کی کام کر رہے جی؟ اے ویرے اسی پکھی سینے پے ہیں, بھی ہن ساڈے کول ہور تا کچھ ہے نہیں, تے ہن پکھی سی کے تے گزارا کرنا ہی ہے, تے پا لاواں گے پکھی. یہ تسی آپ رکھو گے یا اگے ویچو گے؟ نہیں نہیں ویچنے ضرور ہے, ساڈے تا شوہر دی شادی ہے تے اسی اونے واسطے پھر بنا کے دینی. تہاڈے جڑے بچے وغیرہ نے او بھی سکول جاندے نے یا نہیں جاندے؟ نہیں سکول کو نہیں جاندے ہیں, مسجد چ چل جاندے نے, قران پاک پڑھے نے, نماز بھی پڑھ دے نے سارے, تے ہور کو نہیں. ਤੁਸੀਂ ਕਦੀ ਇਸ ਬਾਰੇ ਸੋਚਿਆ ਨਹੀਂ ਵੀ ਸਾਡੇ ਛੋਟੇ ਛੋਟੇ ਬੱਚੇ ਨੇ ਸਕੂਲ ਜਾਵਣ, ਇਹ ਵੀ ਅਫਸਰ ਬਣਨ? ਸਕੂਲ ਤਾਂ ਹੈਗੇ ਤਾਂ ਹੁਣ ਜਾਵਣ ਤਾਂ ਤਾਂ ਹੀ ਦੇਖ, ਸਾਡੇ ਕੋਲ ਉਹਨੂੰ ਗੁੰਜਾਇਸ਼ ਹੋਵੇ ਤਾਂ ਬੱਚੇ ਪਾਈਏ, ਹਾਂ ਬੱਚੇ ਫਿਰ ਤਾਂ ਹੀ ਨੇ ਸਕੂਲ ਕਰਾਉਂਦੇ ਵੀ ਇਹਨੇ, ਸਾਡੇ ਕੋਲ ਗੁੰਜਾਇਸ਼ ਹੋਵੇ ਤਾਂ ਫਿਰ ਅਸੀਂ ਜਾਈਏ, ਲੈ ਬੱਚਿਆਂ ਨੂੰ ਵੀ ਫੀਸ ਵੀ ਦੇਣੀ ਪੈਂਦੀ, ਸਾਰਾ ਕੁਛ ਕਰਨਾ ਪੈਂਦਾ, ਅਤੇ ਫਿਰ ਹੁਣ ਅਸੀਂ ਕਿੱਥੋਂ ਉਹਨੇ ਕੱਢ ਕੇ ਪੈਸੇ, ਤਾਂ ਗਰੀਬ ਬੰਦੇ. ਅਤੇ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਆਪਣੇ ਧੀ ਪੁੱਤਰ ਦੀ ਸ਼ਾਦੀ ਕਰਦੇ ਜੇ ਅਤੇ ਉਹਨੂੰ ਜਹੇਜ਼ ਦੇ ਵਿੱਚ ਕੀ ਦਿੰਦੇ ਜੇ? ਅਸੀਂ ਕੀ ਦੇਣਾ ਵੀਰੇ, ਦੇ ਚਾਹੇ ਕਿ ਮੰਜੀ ਦੇ ਦਿੰਦੇ ਅਤੇ ਜਾਂ ਪੱਖੀ ਬਣਾ ਕੇ ਦੇ ਦਿੰਦੇ, ਅਤੇ ਹੋਰ ਕੀ ਦੇਣਾ, ਸਾਡੇ ਕੋਲ ਹੈ ਹੀ ਕੁਛ ਨਹੀਂ, ਤਾਂ ਦੇਣਾ ਕੀ ਅਸੀਂ ਫਿਰ, ਜੋ ਸਾਡੇ ਕੋਲ ਵਿਆਹ ਮਾੜਾ ਚੰਗੇ ਉਹੋ ਜਿਹਾ ਗੁਜ਼ਾਰਾ ਕਰ ਲੈਂਦੇ ਬਸ. ਅਤੇ ਤੁਹਾਡੇ ਜਿਹੜੇ ਹੁੰਦੇ ਨੇ ਅਜ਼ੀਜ਼ਾਂ ਵਿੱਚ ਸ਼ਾਦੀ ਕਰਦੇ ਜੀ ਜਾਂ ਅਨੋਖਾਂ ਵਿੱਚ? ਆਪਸ 'ਚ ਹੀ ਕਰਨੇ ਆ. ਅਤੇ ਤੁਸੀਂ ਕਦੀ ਇਹ ਨਹੀਂ ਸੋਚਿਆ ਕਿ ਸਾਡਾ ਵੀ ਇੱਕ ਘਰ ਹੋਣਾ ਚਾਹੀਦਾ, ਅੱਛਾ ਘਰ ਹੋਣਾ ਚਾਹੀਦਾ, ਅਸੀਂ ਉਹਦੇ ਵਿੱਚ ਜ਼ਿੰਦਗੀ ਬਸਰ ਕਰੀਏ? ਇਹ ਤਾਂ ਚਾਹੁੰਦੇ ਹਾਂ ਵੀ ਕੋਈ ਅੱਲਾ ਕੋਈ ਐਸਾ ਕੋਈ ਨੇਕ ਖਲਿਆਵੇ ਬੰਦਾ ਜਿਹੜਾ ਸਾਡੇ ਨੂੰ ਕੋਈ ਜਗ੍ਹਾ ਦੇਵੇ ਜਾਂ ਕੁਛ ਹੈ ਬਣਾ ਦੇਵੇ, ਚਲੋ ਅਸੀਂ ਵੀ ਗੁਜ਼ਾਰਾ ਕਰੀਏ, ਜ਼ਿੰਦਗੀ ਬਸਰ ਕਰੀਏ, ਤਾਂ ਹੁਣ ਸਾਡੇ ਕੋਲ ਹੈ ਨਹੀਂ, ਤਾਂ ਹੁਣ ਮਜਬੂਰੀ ਤਾਂ ਹੈਗੀ ਸਾਨੂੰ. ਚਲੋ ਬਹੁਤ ਸ਼ੁਕਰੀਆ, ਇਹ ਦੂਸਰੇ ਬੈਠੇ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਨੇ ਹਾਂ ਜੀ. ਸਲਾਮ ਅਲੈਕੁਮ. ਵਾਲੇਕੁਮ ਸਲਾਮ. ਕੀ ਨਾਂ ਤੁਹਾਡਾ? ਮੁਹੰਮਦ ਇਸ਼ਫਾਕ. ਅਤੇ ਇਸ਼ਫਾਕ ਸਾਹਿਬ ਕੀ ਕਰਦੇ ਹੋ ਤੁਸੀਂ? ਬਸ ਫੇਰਾ ਤੋਰਾ ਲਾ ਕੇ ਆਈਦਾ ਜੀ. ਨਹੀਂ ਕੰਮ ਕਾਰ ਨਹੀਂ ਜੀ ਕਰਦੇ? ਨਹੀਂ ਕੋਈ ਨਹੀਂ ਕੰਮ ਕੁੰਮ ਕਰਦੇ, ਆਪਣੇ ਘਰ ਦੇ ਕੰਮ ਕਰੀਦੇ ਨੇ ਬਸ. ਨਹੀਂ ਫੇਰੀ ਫੁਰੀ ਕੋਈ ਇਸ ਤਰ੍ਹਾਂ ਦਾ ਕੋਈ ਕਾਰੋਬਾਰ ਨਹੀਂ ਹੈ? ਆ ਕੋਈ ਫਲ ਫਲੂਟ ਵੇਚਾਈਦੇ ਫੇਰਾ ਫੂਰਾ ਲਾ ਕੇ. ਅਤੇ ਕਿੰਨੀ ਕੁ ਉਹਦੇ 'ਚ ਤੁਸੀਂ ਦਿਹਾੜੀ ਲਾ ਲੈਂਦੇ ਜੀ? ਕੋਈ 200-300 ਰੁਪਈਆ ਵੱਧ ਜਾਂਦਾ. ਠੀਕ ਹੋ ਗਿਆ. ਕਿੰਨੇ ਬੱਚੇ ਨੇ ਆਪਣੇ? 3 ਬੱਚੇ. ਸਕੂਲ ਜਾ ਰਹੇ ਨੇ? ਬੱਚੇ ਅਜੇ ਛੋਟੇ ਨੇ ਜੀ, ਅਜੇ ਨਹੀਂ ਜਾਂਦੇ ਸਕੂਲ, 1.5 ਸਾਲ ਦੇ ਜੇ ਹੁਣ. ਤੁਸੀਂ ਇਹ ਇੰਨੀ ਗਰਮੀ ਦੇ ਵਿੱਚ ਕਿਸ ਤਰ੍ਹਾਂ ਇੱਥੇ ਬੈਠੇ ਹੋ? ਬਸ ਮਜਬੂਰੀ ਦੀ ਖਾਤਰ, ਫਿਰ ਸ਼ੁਕਰੀਆ, ਮਜਬੂਰੀ ਨੂੰ ਬਹਿਣਾ ਹੀ ਪੈਂਦਾ. ਫਿਰ ਹੋਰ ਕਿਹੜਾ ਕੋਈ ਇੱਥੇ ਪੱਖੇ ਨੇ ਜਾਂ ਕੋਈ ਬੱਤੀ ਹੈ ਸਾਡੇ ਕੋਲ, ਨਾ ਜ਼ਮੀਨ ਨਾ ਜਾਇਦਾਦ. ਕੀ ਨਾਂ ਤੁਹਾਡਾ? ਨਾਂ ਨਹੀਂ ਅਸੀਂ ਵੀਰੇ ਦੱਸ ਦਿੰਦੇ. ਚਲੋ ਬਹੁਤ ਅੱਛੀ ਗੱਲ ਹੈ. ਤੁਹਾਡੇ ਮੀਆਂ ਦਾ ਕੀ ਨਾਂ ਹੈ? ਮੀਆਂ ਨਹੀਂ ਹੈ. ਮੀਆਂ ਨਹੀਂ ਹੈ, ਸ਼ਾਦੀ ਨਹੀਂ ਹੋਈ ਆਪਣੀ? ਨਹੀਂ, ਅਸੀਂ 4 ਬਾਬੇ ਦੀਆਂ ਧੀਆਂ ਬੈਠੀਆਂ ਬੂਹੇ 'ਤੇ ਜੀ, ਅਤੇ ਆਹ ਪੱਖੀਆਂ 'ਚ ਹੀ ਗੁਜ਼ਾਰਾ ਕਰਨਾ, ਹੋਰ ਅਸੀਂ ਵੀਰੇ ਕਿੱਧਰ ਜਾਣਾ? ਬਾਬਾ ਵਿਚਾਰਾ ਮੁਥਾਜ, ਉਹ ਵਿਚਾਰਾ ਗਿਆ, ਉਹ ਫੌਤ ਕੀ ਹੋਈ ਨਾ, ਉੱਥੇ ਚਲਿਆ ਗਿਆ ਜੀ, ਉਹਦੇ ਤੋਂ ਨਾ ਕਾਰੋਬਾਰ ਹੋ ਹੀ ਨਹੀਂ ਸਕਦਾ, ਤੇਰੇ ਮੇਰੇ ਵਗੈਰੇ ਕੁਛ ਹੈ ਦੇ ਦੇਣ ਤਾਂ ਖਾ ਲਈ ਦੇ. ਅਤੇ ਤੁਹਾਡੀ ਸ਼ਾਦੀ ਹੋਈ ਸੀ ਵੈਸੇ ਜਾਂ ਨਹੀਂ ਹੋਈ? ਨਹੀਂ ਹੋਈ ਨਹੀਂ. ਅੱਛਾ, ਹਾਲਾਤ ਦੀ ਵਜ੍ਹਾ ਤੋਂ ਨਹੀਂ ਕਰ ਸਕੇ? ਹਾਂ, ਉੱਤੋਂ ਮਹਿੰਗਾਈ ਬੜੀ ਹੈ ਅਤੇ ਗਰੀਬ ਬਹੁਤ ਆ, ਅਤੇ ਨਹੀਂ ਕੀਤਾ ਗਿਆ ਤਾਂ ਬਸ. ਇਹ ਤੁਸੀਂ ਹੁਣ ਕੀ ਤਿਆਰ ਕਰ ਰਹੇ ਜੀ? ਅੱਜ ਪੱਖੀ ਤਿਆਰ ਕਰਦੇ ਪਏ. ਅੱਛਾ, ਇਹਦਾ ਤੁਹਾਨੂੰ ਮੁਆਵਜ਼ਾ ਮਿਲੇਗਾ? ਮੁਆਵਜ਼ਾ ਕੀ ਮਿਲਣਾ, ਵੀ ਰਲ ਮਿਲ ਕੇ ਸਾਰੇ ਬਹਿ ਕੇ ਸੀ ਲੈਣੀਆਂ ਅਸੀਂ ਇਕੱਠੇ ਕਰਕੇ ਦੀ, ਇੱਕ ਦੂਜੇ ਦੇ ਵੀ
ਜੋ ਸੀ ਸਾਡੇ ਸੀ ਦਿੰਦੀਆਂ ਅਸੀਂ ਉਹਨਾਂ ਦੇ ਸੀ ਦਿੰਦੇ ਹਾਂ ਉਹਨਾਂ ਨੇ ਸ਼ੋਹਰ ਦੀ ਸ਼ਾਦੀ ਜੀ ਕਰਨੀ ਤਾਂ ਇੰਨੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਇੰਨੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਅਤੇ ਤੁਹਾਨੂੰ ਗਰਮੀ ਨਹੀਂ ਲੱਗ ਰਹੀ ਲੱਗਦੀ ਹੈ ਲੱਗਦੀ ਕਿਉਂ ਨਹੀਂ ਇਨਸਾਨ ਹੈ ਅਸੀਂ ਵੀ ਗਰਮੀ ਤਾਂ ਲੱਗਣੀ ਲੱਗਣੀ ਤੁਸੀਂ ਕਦੀ ਇਹ ਨਹੀਂ ਸੋਚਿਆ ਕਿ ਸਾਡਾ ਵੀ ਘਰ ਹੋਣਾ ਚਾਹੀਦਾ ਹੈ ਅਸੀਂ ਉਹਦੇ ਵਿੱਚ ਬੈਠੀਏ ਉਹ ਤਾਂ ਸਾਰੇ ਸੋਚਦੇ ਹਾਂ ਫਿਰ ਹੁਣ ਜੇ ਨਾ ਉਹਨੇ ਗੁੰਜਾਇਸ਼ ਹੋਵੇ ਤਾਂ ਫਿਰ ਕੀ ਕਰੀ ਫਿਰ ਗੁਜ਼ਾਰਾ ਤਾਂ ਕਰਨਾ ਹੀ ਹੋਰ ਇਸ ਤੋਂ ਉੱਤੇ ਕੀ ਤਾਂ ਮੇਰੇ ਨਾਲ ਲਾਲਾ ਮੋਹਰਾਂ ਦਾ ਮਸਲਾ ਹੈ ਅਤੇ ਮੈਂ ਇੱਥੇ ਸਹੀ ਗੱਲ ਨਹੀਂ ਹੁੰਦੀ ਹੈ ਕੋਈ ਗੱਲ ਨਹੀਂ ਅਤੇ ਉਹ ਨਾ ਪਤਾ ਕੀ ਵੀ ਸਾਰਿਆਂ ਨੂੰ ਇਮਰਾਨ ਖਾਨ ਦੀ ਤਰਫੋਂ ਪੈਸੇ ਮਿਲਦੇ ਨੇ ਨਾ ਸਾਨੂੰ ਇਮਰਾਨ ਖਾਨ ਦੀ ਤਰਫੋਂ ਪੈਸੇ ਮਿਲੇ ਨਾ ਬੇਨਜੀਰ ਦੀ ਤਰਫੋਂ ਮਿਲਦੇ ਨੇ ਅਤੇ ਕੀ ਕੀ ਦੁਨੀਆ ਆ ਕੇ ਚਲੀ ਚੁਲੀ ਗਈ ਸਾਨੂੰ ਕੋਈ ਨਹੀਂ ਕੁਛ ਮਿਲੀ ਅਤੇ ਮਾੜੇ ਬੰਦੇ ਆ ਫਿਰ ਹੁਣ ਗੁਜ਼ਾਰਾ ਤਾਂ ਕਰਨਾ ਹੀ ਹੈ ਵੀਰੇ ਹੈਂ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਆਪਣਾ ਗੁਜ਼ਾਰਾ ਕਰਨਾ ਇੱਥੇ ਆਪਣਾ ਕਿਸੇ ਥਾਂ 'ਤੇ ਬੈਠੇ ਕਿਹੜੀ ਸਾਡੀ ਆਪਣੀ ਜ਼ਮੀਨ ਜਾਇਦਾਦ ਅਤੇ ਲੋਕ ਤੰਗ ਤਾਂ ਨਹੀਂ ਕਰਦੇ ਤੁਹਾਨੂੰ ਤੰਗ ਕੀ ਕਰਨਾ ਸਾਨੂੰ ਵਿਚਾਰਿਆਂ ਨੇ ਗਰੀਬਾਂ ਨੂੰ ਅੱਛਾ ਤੁਹਾਨੂੰ ਜਿਹੜੇ ਪੈਸੇ ਆਉਂਦੇ ਨੇ ਹੈਂ ਹਕੂਮਤ ਦੀ ਤਰਫੋਂ ਉਹਦੇ ਤੁਸੀਂ ਉਹ ਮੈਸੇਜ ਨਹੀਂ ਕੀਤਾ ਮੈਸੇਜ ਸਾਡੇ ਕੋਲ ਵੀਰੇ ਮੋਬਾਈਲ ਨਹੀਂ ਹੈ ਅਤੇ ਨਾ ਸਾਨੂੰ ਮੋਬਾਈਲ ਦਾ ਵੱਲ ਹੀ ਹੈ ਬੱਚੇ ਨੇ ਭਰਾ ਨੇ ਆਪੋ ਆਪਣੇ ਘਰਾਂ ਵਾਲੇ ਨੇ ਬਾਬਾ ਵਿਚਾਰਾ ਮਥਾਜ ਜਿਹਾ ਹੈਗਾ ਉਹ ਖਤਮ ਤਾਂ ਅੱਜ ਗਿਆ ਹੋਇਆ ਬਾਬਾ ਸਾਡਾ ਇਹ ਤਾਂ ਯੂਨੀਅਨ ਕੌਂਸਲ ਦੇ ਵਿੱਚ ਜਾ ਕੇ ਉੱਥੇ ਵੀ ਤੁਹਾਨੂੰ ਪਤਾ ਚੱਲ ਸਕਦਾ ਸਾਡੇ ਸ਼ਨਾਤੀ ਕਾਰਡ 'ਤੇ ਪੈਸੇ ਆਏ ਨੇ ਜਾਂ ਨਹੀਂ ਆਏ ਪਤਾ ਨਹੀਂ ਅਸੀਂ ਯੂਨੀਅਨ ਕੌਂਸਲ ਨਾਲ ਕਦੀ ਗਿਆ ਨਾ ਸਾਨੂੰ ਐਡਾ ਪਤਾ ਸਾਡੀ ਵਾਲਦਾ ਸੀ ਅੱਗੇ ਅਤੇ ਉਹਨੂੰ ਮਿਲਦੇ ਰਹੇ ਨੇ ਪਹਿਲਾਂ ਬੇਨਜ਼ੀਰ ਦੇ ਅਤੇ ਉਹ ਜਦੋਂ ਦੀ ਫੌਤ ਹੋਈ ਉਹਨੂੰ ਉਦੋਂ ਦੇ ਸਾਨੂੰ ਕੋਈ ਨਹੀਂ ਮਿਲੇ ਅਸੀਂ ਸਗੋਂ ਚਾਰ ਭੈਣਾਂ ਅਸੀਂ ਬੂਹੇ ਬੈਠੀਆਂ ਪਿਓ ਦੇ ਅਤੇ ਮੈਂ ਮੋਹਰਿਆਂ ਦੀ ਮਰੀਜ਼ ਹਾਂ ਨਾ ਮੈਂ ਕੋਈ ਕਾਰੋਬਾਰ ਕਰ ਸਕਦੀ ਨਾ ਕੁਛ ਆ ਵਿਚਾਰੀਆਂ ਦੋ ਤਿੰਨ ਭੈਣਾਂ ਨੇ ਕੋਈ ਜੋ ਕੰਮ ਧੰਦਾ ਹੁੰਦਾ ਵਿਚਾਰੀਆਂ ਇਹ ਕਰਦੀਆਂ ਚਲੋ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਵੀਵਰਸ ਜਿਹੜੇ ਨੇ ਤੁਹਾਡੀ ਮਦਦ ਵੀ ਕਰਨ ਅਤੇ ਇਹ ਜਿਹੜੀ ਅਪੀਲ ਹੈ ਤੁਹਾਡੀ ਇਹ ਅੱਗੇ ਆਪਣੇ ਵਜ਼ੀਰ ਆਜ਼ਮ ਤੱਕ ਪਹੁੰਚੇ ਉਮੀਦ ਹੈ ਸਾਨੂੰ ਚਲੋ ਵੀਰੇ ਜੇ ਮੈਂ ਤੁਹਾਡਾ ਦਿਲ ਕਰੇ ਹੈ ਮਾੜੇ ਬੰਦੇ ਅਸੀਂ ਯਕੀਨ ਕਰੀ ਮੈਂ ਤਾਂ ਬਹੁਤਾ ਜ਼ੋਰ ਕੇ ਬੋਲਿਆ ਨਹੀਂ ਜਾਂਦਾ ਹੈ ਮੇਰੇ ਨਾ ਲੱਕ ਦੇ ਮੋਹਰੇ ਨਹੀਂ ਸਹੀ ਹਨ ਮੈਂ ਖਰੇ ਕਿੱਡੀ ਮਜਬੂਰ ਹਾਂ ਨਾ ਮੈਂ ਤੁਰ ਸਕਦੀ ਹਾਂ ਨਾ ਮੈਂ ਫਿਰ ਸਕਦੀ ਹਾਂ ਤੁਹਾਡਾ ਮੋਬਾਈਲ ਨੰਬਰ ਵਗੈਰਾ ਹੈ ਕੋਈ ਮੋਬਾਇਲ ਨੰਬਰ ਆ ਚ ਆਹ ਭਾਈਏ ਕੋਲ ਹੀ ਹੈਗਾ ਸਾਡੇ ਕੋਲ ਨੰਬਰ ਨਹੀਂ ਮੋਬਾਈਲ ਨਹੀਂ ਹੈ ਯਾਦ ਹੀ ਮੋਬਾਈਲ ਨੰਬਰ ਹਾਂ ਕੀ ਮੋਬਾਈਲ ਨੰਬਰ 03420213822 ਉਹ ਜੀ ਇਹ ਮੋਬਾਈਲ ਨੰਬਰ ਵੀ ਤੁਹਾਨੂੰ ਇਹਨਾਂ ਦਾ ਅਸੀਂ ਦੱਸ ਦਿੱਤਾ ਅਤੇ ਕੋਸ਼ਿਸ਼ ਕਰਨੀ ਤੁਸੀਂ ਇਹ ਗਰੀਬ ਆਦਮੀ ਨੇ ਅਤੇ ਇਹਨਾਂ ਦੀ ਜਿੰਨੀ ਹੋ ਸਕੇ ਇਮਦਾਦ ਕਰੋ ਕਿਉਂਕਿ ਜਿਸ ਤਰ੍ਹਾਂ ਇਹ ਇੱਥੇ ਇੰਨੀ ਧੁੱਪ ਦੇ ਵਿੱਚ ਬੈਠੇ ਹੈਗੇ ਨੇ ਅਤੇ ਬੜੀ ਮੁਸ਼ਕਲ ਜ਼ਿੰਦਗੀ ਹੈ ਇਹਨਾਂ ਦੀ ਬਹੁਤ ਸ਼ੁਕਰੀਆ